ਇਵਰੀਵਨ ਅੱਜ ਮੈਂ ਬਣਾਉਂਗੀ ਮੱਕੀ ਦੀ ਮੇਥੀ ਬਲੀ ਰੋਟੀ ਤੁਸੀਂ ਮੱਕੀ ਦੀ ਰੋਟੀ ਨੂੰ ਰੋਟੀ ਵਾਂਗ ਵੀ ਬਣਾ ਸਕਦੇ ਹੋ ਇਸ ਨੂੰ ਪਰੌਂਠੇ ਵਾਂਗ ਵੀ ਬਣਾ ਸਕਦੇ ਹੋ ਇਹ ਰੋਟੀ ਸਾਗ ਨਾਲ ਬਹੁਤ ਸਵਾਦ ਲੱਗਦੀ ਹੈ ਤੁਸੀਂ ਇਸ ਨੂੰ ਰੋਟੀ ਨੂੰ ਮੱਖਣ ਜਾਂ ਦਹੀਂ ਨਾਲ ਖਾ ਸਕਦੇ ਹੋ ਮੱਕੀ ਦੀ ਰੋਟੀ ਮੈਂ ਦੋ ਤਰੀਕਿਆਂ ਨਾਲ ਬਣਾਉਂਗੀ ਇੱਕ ਆਸਾਨ ਨਾਲ ਬਣਾਉਂਗੀ ਤੇ ਇੱਕ ਦੂਜੇ ਤਰੀਕੇ ਨਾਲ ਬਣਾਉਂਗੀ ਕਿ ਬੇਕੁਨਸ ਨੇ ਜਿਹੜੇ ਕਿ ਹੱਥ ਨਾਲ ਰੋਟੀ ਨਹੀਂ ਬਣਾ ਸਕਦੇ ਉਹਨਾਂ ਲਈ ਆਪਾਂ ਦੂਜੇ ਤਰੀਕੇ ਨਾਲ ਰੋਟੀ ਬਣਾਵਾਂਗੇ ਮੱਕੀ ਦੀ ਰੋਟੀ ਬਣਾਉਣ ਲਈ ਮੈਂ ਮੇਥੀ ਲਈਏ ਇਸ ਮੇਥੀ ਤੇ ਮੈਂ ਡੰਡੀਆਂ ਤੋੜਤੀਆਂ ਸਿਰਫ ਪੱਤੇ-ਪੱਤੇ ਲੈ ਆ ਮੇਥੀ ਨੂੰ ਸਾਫ਼ ਕਰਕੇ ਮੈਂ ਚੰਗੀ ਤਰ੍ਹਾਂ ਧੋ ਲਿਆ ਥੋੜਾ ਜਿਹਾ ਮੈਂ ਫਰੈਸ਼ ਧਨੀਆ ਲਈਏ ਦੋ ਹਰੀਆਂ ਮਿਰਚਾਂ ਲਈਆਂ 1 ਇੰਚ ਮੈਂ ਅਦਰਕ ਲਈਏ ਚਾਰ ਕਲੀਆਂ ਮੈਂ ਲਸਣ ਦੀਆਂ ਲਈਆਂ ਹੁਣ ਮੈਂ ਗ੍ਰाइंडਿੰਗ ਜਾਰ ਲਵਾਂਗੀ इस फ्रैश धनिया पा लेना लसन दिया दलिया पाऊंगी अदरक पाऊंगी दो हरिया मिर्चों में तोड़ के पा लेना जड़ी मेथी मैं साफ करके तो के रखिए इस अी मेथी मैं ग्राइंडिंग चार पा लेनी अभी मेथी में मैं कटूँगी अभी मेथी में बचा ली इस हूँ मैं बरीक बरीक कट लेना, एक प्रांत में दो कप मैं मक्की आटा लूँगी इस में कटी हुई मेथी पाऊँगी ग्राइंड कीती हुई मेथी भी पाऊँगी ਮੇਥੀ ਕੱਟ ਵੀ ਸਕ ਸਕਦੇ ਹਾਂ ਗ੍ਰाइंड ਵੀ ਕਰ ਸਕਦੇ। ਪਰ ਮੈਦੀ ਕੱਟੀ ਤੇ ਅੱਧੀ ਗ੍ਰाइंड ਕੀਤੀ ਹੈ। ਹੁਣ ਇਸ ਵਿੱਚ ਮੈਂ ਅੱਧਾ ਚਮਚ ਅਜਵਾਇਨ ਪਾਉਂਗੀ। ਅਜਵਾਇਨ ਨੂੰ ਹੱਥਾਂ ਵਿੱਚ ਕ੍ਰਸ਼ ਕਰਕੇ ਪਾਉਂਗੀ ਤਾਂ ਕਿ ਇਸ ਦਾ ਫਲੇਵਰ ਚੰਗੀ ਤਰ੍ਹਾਂ ਆਟੇ ਵਿੱਚ ਆ ਜਾਵੇ। ਸਵਾਦ ਅਨੁਸਾਰ ਨਮਕ ਪਾਉਂਗੀ। 1/4 ਚਮਚ ਕਾਲੀ ਮਿਰਚ ਪਾਉਂਗੀ। वन फोर चम्मच इस लाल मिर्च पाऊंगी चंकी तरह सारिया चीज़ों मिक्स करूँगी हम तो मैं पानी लाऊंगी पानी ने मैं गर्म कर लिया बहुत तेज़ गर्म नहीं किया घट गर्म भी नहीं है पानी बस एना गर्म करना कि इसको तो हाथ लग सके गर्म पानी ना आटा गुन के जो आप रूटी बना तो रुटी बहुत चंगी तरह जुड़ जाती है ਜੀ ਸੇ ਬਿਗਨਸ ਤੁਹਾਡੇ ਤੋਂ ਚੰਗੀ ਤਰ੍ਹਾਂ ਮੱਕੀ ਦੀ ਰੋਟੀ ਨਹੀਂ ਬੰਦੀ ਤਾਂ ਤੁਸੀਂ ਇਸ ਵਿੱਚ 2 ਚਮਚ ਕਣਕ ਦੇ ਆਟੇ ਦੇ ਵੀ ਪਾ ਸਕਦੇ ਹੋ ਜਦੋਂ ਆਟਾ ਸਾਰਾ ਗਿੱਲਾ ਹੋ ਜਾਏਗਾ ਤਾਂ ਅੱਧੇ ਆਟੇ ਨੂੰ ਮੈਂ ਇੱਕ ਤਰਫ ਰੱਖ ਦੂੰਗੀ ਤੇ ਅੱਧੇ ਆਟੇ ਨੂੰ ਚੰਗੀ ਤਰ੍ਹਾਂ ਮਲੂੰਗੀ ਇਸ ਆਟੇ ਨੂੰ ਬਹੁਤ ਚੰਗੀ ਤਰ੍ਹਾਂ ਮਲਣਾ ਜਿੰਨਾ ਆਟੇ ਨੂੰ ਤੁਸੀਂ ਚੰਗੀ ਤਰ੍ਹਾਂ ਮਲੋਗੇ ਉਨੀ ਰੋਟੀ ਤੁਹਾਡੀ ਵਧੀਆ ਬਣੇਗੀ ਮੱਕੀ ਦਾ ਆਟਾ ਥੋੜਾ ਖੁਸ਼ਕ ਹੁੰਦਾ ਹੈ ਤਿੰਨ ਤੋਂ 4 ਮਿੰਟ ਤੱਕ ਆਟੇ ਨੂੰ ਬਹੁਤ ਚੰਗੀ ਤਰ੍ਹਾਂ ਮਲਣਾ ਜਦੋਂ ਤੱਕ ਆਟਾ ਸੌਫਟ ਨਾ ਹੋ ਜਾਵੇ ਤੁਸੀਂ ਮੱਕੇ ਦੇ ਆਟੇ ਨੂੰ ਆਪਣੀ ਸਥੇਲੀ ਨਾਲ ਮਲਣਾ ਜਿੰਨਾ ਆਟਾ ਸੌਫਟ ਹੋਏਗਾ ਉਨੀ ਰੋਟੀ ਵਧੀਆ ਬਣੇਗੀ ਅਟਾ ਰੈਡੀ ਹੋ ਚੁੱਕੇ ਹੁਣ ਮੈਂ ਮੱਕੀ ਦੀ ਰੋਟੀ ਬਣਾਉਂਗੀ ਹੱਥਾਂ ਦੇ ਉੱਪਰ ਮੈਂ ਪਾਣੀ ਲਾ ਲੈਣਾ ਪਾਣੀ ਲਾ ਕੇ ਇੱਕ ਮੇ ਪੇੜਾ ਲਵਾਂਗੀ ਹੱਥਾਂ ਨੂੰ ਪਾਣੀ ਲਾ ਕੇ ਚੰਗੀ ਤਰ੍ਹਾਂ ਆਟੇ ਨੂੰ ਮਲਦੇ ਹੋਏ ਇਸ ਦਾ ਮੈਂ ਪੇੜਾ ਕਰੂੰਗੀ ਮੱਕੀ ਦੀ ਰੋਟੀ ਗਰਮ ਪਾਣੀ ਨਾਲ ਗੁੰਨ ਕੇ ਹੱਥ ਨਾਲ ਬਣਾਉਣੀ ਬਹੁਤ ਆਸਾਨ ਹੁੰਦੀ ਹੈ ਜਿਹੜੇ ਬਿਗਨਰਸ ਨੇ ਹੱਥਾਂ ਨਾਲ ਮੱਕੀ ਦੀ ਰੋਟੀ ਨਹੀਂ ਬਣਾ ਸਕਦੇ ਉਹਨਾਂ ਲਈ ਮੈਂ ਖੂਰ ਤਰੀਕਾ ਦੱਸੂੰਗੀ ਡੇੜੇ ਨੂੰ ਥੋੜਾ ਜਿਹਾ ਵਧਾ ਕੇ ਫਿਰ ਮੈਂ ਹੱਥਾਂ ਨੂੰ ਥੋੜਾ ਜਿਹਾ ਪਾਣੀ ਲਾਉਂਗੀ ਹੱਥਾਂ ਨੂੰ ਪਾਣੀ ਲਾ ਕੇ ਹੁਣ ਮੈਂ ਇਸ ਰੋਟੀ ਨੂੰ ਵਧਾਉਂਗੀ ਬਹੁਤ ਹਲਕੇ ਹਲਕੇ ਹੱਥਾਂ ਨਾਲ ਮਸ ਰੋਟੀ ਨੂੰ ਵਧਾਉਣੀ ਚਾਹੂਗੀ ਜੇ ਸਾਈਡ ਤੋਂ ਸਾਨੂੰ ਲੱਗੇ ਕਿ ਸਾਡੀ ਰੋਟੀ ਕਿਤੇ ਟੁੱਟ ਰਹੀ ਹੈ ਤਾਂ ਤੁਸੀਂ ਉਸ ਨੂੰ ਨਾਲ ਦੀ ਨਾਲ ਜੋੜਦੇ ਜਾਣਾ ਤੁਸੀਂ ਦੇਖੋ ਕਿੰਨੀ ਆਸਾਨੀ ਨਾਲ ਮੈਂ ਹੱਥਾਂ ਦੇ ਉੱਪਰ ਰੋਟੀ ਬਣਾ ਲਈ। ਰੋਟੀ ਆਪਣੀ ਸੇਕਣ ਲਈ ਰੈਡੀ ਹੋ ਚੁੱਕੀ ਹੈ। ਤੁਸੀਂ ਦੇਖੋ ਕਿੰਨੀ ਵਧੀਆ ਆਪਣੀ ਰੋਟੀ ਬਣੀ ਹੈ। ਹੁਣ ਮੈਂ ਇੱਕ ਤਵਾ ਗਰਮ ਕਰੂੰਗੀ ਤੇ ਇਸ ਰੋਟੀ ਨੂੰ ਸੇਕੂੰਗੀ। ਤਵਾ ਗਰਮ ਹੋ ਚੁੱਕੇ। ਹੁਣ ਮੈਂ ਇਸ ਦੇ ਉੱਪਰ ਦੇਸੀ ਘਿਓ ਲਾਉਂਗੀ। ਤੁਸੀਂ ਕੋਈ ਵੀ ਕੁਕਿੰਗ ਆਇਲ ਲਗਾ ਸਕਦੇ। ਘਿਓ ਲਗਾ ਕੇ ਇਸ ਦੇ ਉੱਪਰ ਮੈਂ ਰੋਟੀ ਨੂੰ ਪਾ ਦੇਣਾ ਤੇ ਫਿਰ ਦੇ ਉੱਪਰ ਰੋਟੀ ਨੂੰ ਪਾ ਕੇ ਇਸ ਸਾਈਡ ਤੋਂ ਰੋਟੀ ਨੂੰ ਥੋੜਾ ਸਿਕਨ ਦਵਾਂਗੀ ਮੱਕੀ ਦੀ ਰੋਟੀ ਨੂੰ ਸੇਕ ਥੋੜਾ ਜ਼ਿਆਦਾ ਲੱਗਦਾ ਹੁਣ ਮੈਂ ਇਸ ਦੀ ਸਾਈਡ ਚੇਂਜ ਕਰੂੰਗੀ ਸਾਈਡ ਚੇਂਜ ਕਰਕੇ ਇਸ ਦੇ ਉੱਪਰ ਮੈਂ ਦੇਸੀ ਘਿਓ ਲਗਾਉਂਗੀ ਮੱਕੀ ਦੀ ਰੋਟੀ ਥੋੜੀ ਖੁਸ਼ਕ ਹੁੰਦੀ ਹੈ ਤੁਸੀਂ ਇਸ ਦੇ ਉੱਪਰ ਕੋਈ ਵੀ ਕੁਕਿੰਗ ਆਇਲ ਜਾਂ ਦੇਸੀ ਘਿਓ ਜਾਂ ਮੱਖਣ ਜ਼ਰੂਰ ਲਗਾਓ ਇਸ ਨਾਲ ਰੋਟੀ ਸੌਫਟ ਹੋ ਜਾਂਦੀ ਹੈ ਤੁਸੀਂ ਸਿਰ ਰੋਟੀ ਨੂੰ ਬਿਨਾਂ ਘਿਓ ਲਗਾਏ ਵੀ ਸੇਕ ਸਕਦੇ ਹੋ ਮੈਂ ਦੂਜੀ ਸਾਈਡ ਤੇ ਵੀ ਕਿਉ ਲਗਾਉਂਗੀ ਤੁਸੀਂ ਦੇਖੋ ਕਿੰਨੀ ਵਧੀਆ ਆਪਣੀ ਰੋਟੀ ਬਣ ਕੇ ਰੈਡੀ ਹੋਈ ਹੈ ਦੋਨੋਂ ਤਰਫ ਕਿਉ ਲਗਾ ਕੇ ਇਸ ਨੂੰ ਉਲਟਾਉਂਦੇ ਪਲਟਾਉਂਦੇ ਮੈਂ ਇਸ ਨੂੰ ਸੇਕੂਗੀ ਤੁਸੀਂ ਇਸ ਰੋਟੀ ਨੂੰ ਸਿੰਪਲ ਮੱਖਣ ਜਾਂ ਚਾਹ ਨਾਲ ਖਾਓ ਉਸ ਨਾਲ ਵੀ ਰੋਟੀ ਬਹੁਤ ਸਵਾਦ ਲੱਗਦੀ ਇਸ ਰੋਟੀ ਨੂੰ ਸੇਕਣ ਨੂੰ ਥੋੜਾ ਟਾਈਮ ਲੱਗਦਾ ਫਲੇਮ ਤੁਸੀਂ ਹਾਈ ਨਹੀਂ ਕਰਨੀ ਮੀਡੀਅਮ ਫਲੇਮ ਤੇ ਇਸ ਰੋਟੀ ਨੂੰ ਪਕਾਉਣਾ ਰੋਟੀ ਆਪਣੀ ਸੇਕ ਚੁੱਕੀ ਹੈ। ਆ ਤੁਸੀਂ ਦੇਖੋ ਦੋਨੋਂ ਤਰਫ ਤੋਂ ਆਪਣੀ ਰੋਟੀ ਕਿੰਨੀ ਵਧੀਆ ਸੇਕੀ ਗਈ ਹੈ। ਤੁਸੀਂ ਇਸ ਮੱਕੀ ਦੀ ਰੋਟੀ ਨੂੰ ਮੱਖਣ, ਦਹੀਂ ਜਾਂ ਸਾਗ ਨਾਲ ਸਰਵ ਕਰ ਸਕਦੇ ਹੋ। ਇਹ ਰੋਟੀ ਬਹੁਤ ਸਵਾਦ ਲੱਗਦੀ ਹੈ। ਹੁਣ ਆਪਾਂ ਦੂਜੇ ਤਰੀਕੇ ਨਾਲ ਮੱਕੀ ਦੀ ਰੋਟੀ ਬਣਾਵਾਂਗੇ। ਜਿਹੜੇ ਲੋਕ ਰੋਟੀ ਹੱਥ ਨਾਲ ਨਹੀਂ ਬਣਾ ਸਕਦੇ ਉਹ ਇਸ ਤਰੀਕੇ ਨਾਲ ਰੋਟੀ ਬਣਾ ਸਕਦੇ। ਇਸਦੇ ਲਈ ਮੈਂ ਸਾਫ ਕਪੜਾ ਲਵਾਂਗੀ ਤੇ ਸਾਫ ਕਪੜੇ ਨੂੰ ਪਾਣੀ ਵਿੱਚ ਥੋੜਾ ਜਿਹਾ ਗਿੱਲਾ ਕਰ ਲੈਣਾ ਗਿੱਲਾ ਕਰਕੇ ਕੁੱਟ ਕੇ ਨਿਚੋੜ ਲੈਣਾ ਫਿਰ ਇਸ ਨੂੰ ਚੱਕਰੇ ਦੇ ਉੱਪਰ ਪਾ ਲੈਣਾ ਹੁਣ ਮੈਂ ਕੱਟੇ ਦਾ ਪੇੜਾ ਲਵਾਂਗੀ ਚੰਗੀ ਤਰ੍ਹਾਂ ਮਲ-ਮਲ ਕੇ ਪੇੜਾ ਕਰੂੰਗੀ ਪੇੜਾ ਕਰਕੇ ਇਸ ਨੂੰ ਚੱਕਰੇ ਦੇ ਉੱਪਰ ਰੱਖੂੰਗੀ ਚੱਕਲੇ ਦੇ ਸੈਂਟਰ ਵਿੱਚ ਰੱਖ ਕੇ ਇਸ ਨੂੰ ਹਲਕੇ-ਹਲਕੇ ਹੱਥਾਂ ਨਾਲ ਪ੍ਰੈਸ ਕਰੂੰਗੀ ਤੇ ਇਸ ਨੂੰ ਰੋਟੀ ਵਾਂਗ ਵਧਾਉਂਦੇ ਚਾਹੂੰਗੀ ਜਿਉਂ ਤੁਸੀਂ ਰੋਟੀ ਨੂੰ ਵਧਾਉਂਦੇ ਜਾਣਾ ਤਹ ਹੱਥਾਂ ਨੂੰ ਥੋੜਾ ਜਿਹਾ ਪਾਣੀ ਲਾ ਲੈਣਾ ਹੱਥਾਂ ਨੂੰ ਪਾਣੀ ਲਾ ਕੇ ਫਿਰ ਇਸ ਰੋਟੀ ਨੂੰ ਵਧਾਉਂਦੇ ਜਾਣਾ ਜਿਨ੍ਹਾਂ ਨੂੰ ਮੱਕੀ ਮੱਕੀ ਦੀ ਰੋਟੀ ਹੱਥ ਨਾਲ ਬਣਾਉਣੀ ਔਖੇ ਲੱਗਦੀ ਹੈ ਜੋ ਇਸ ਤਰੀਕੇ ਨਾਲ ਰੋਟੀਆਂ ਬਣਾਉਣਗੇ ਤਾਂ ਉਹਨਾਂ ਦੀ ਰੋਟੀ ਬਹੁਤ ਵਧੀਆ ਬਣੇਗੀ ਫਿਰ ਤੁਸੀਂ ਇਸ ਤਰ੍ਹਾਂ ਸਾਫ਼ ਕਪੜੇ ਥਾਂ ਤੇ ਐਲੂਮੀਨੀਅਮ ਫੋਇਲ ਵੀ ਲੈ ਸਕਦੇ ਕੋਈ ਪਲਾਸਟਿਕ ਦੀ ਸ਼ੀਟ ਵੀ ਲੈ ਸਕਦੇ ਹੁਣ ਇਸ ਰੋਟੀ ਨੂੰ ਸੇਕਣ ਲਈ ਮੈਂ ਇਸ ਤਰ੍ਹਾਂ ਹੱਥ ਦੇ ਉੱਪਰ ਪਾਉਂਗੀ ਤੇ ਹੱਥ ਤੇ ਪਾ ਕੇ ਤੁਸੀਂ ਇਸ ਨੂੰ ਤਵੇ ਦੇ ਉੱਪਰ ਸੇਕ ਸਕਦੇ ਹੋ ਤੁਸੀਂ ਦੇਖਿਆ ਇਸ ਤਰੀਕੇ ਨਾਲ ਵੀ ਆਪਣੀ ਰੋਟੀ ਕਿੰਨੀ ਵਧੀਆ ਬਣੀ ਕਿਸੇ ਸਾਈਡ ਤੋਂ ਰੋਟੀ ਟੁੱਟੀ ਨਹੀਂ ਹੈ ਹੁਣ ਮੈਂ ਤਵੇ ਤੇ ਘੋਲਾਂਗੀ ਇਸ ਰੋਟੀ ਨੂੰ ਵੀ ਸੇਕੋਗੇ ਇਸ ਰੋਟੀ ਨੂੰ ਵੀ ਤਵੇ ਤੇ ਪਾ ਕੇ ਦੋਨੋਂ ਤਰਫ ਘੋਲਾਂ ਕੇ ਇਸ ਨੂੰ ਉਲਟਾਉਂਦੇ ਪਲਟਾਉਂਦੇ ਮੈਂ ਸੇਕ ਲੈਣਾ ਤੁਸੀਂ ਇਹਨਾਂ ਦੋਨਾਂ ਤਰੀਕਿਆਂ ਵਿੱਚੋਂ ਕਿਸੇ ਵੀ ਤਰੀਕੇ ਨਾਲ ਮੱਕੀ ਦੀ ਰੋਟੀ ਬਣਾ ਸਕਦੇ ਹੋ ਦੋਨਾਂ ਤਰੀਕਿਆਂ ਨਾਲ ਮੱਕੀ ਦੀ ਰੋਟੀ ਬਹੁਤ ਸਵਾਦ ਬਣਦੀ ਹੈ ਮੇਥੀ ਲੋ ਸਾਫ਼ ਕਰੋ ਕੱਟਣ ਦਾ ਮਨ ਕੱਟੋ ਨਹੀਂ ਤਾਂ ਗ੍ਰਾਈਂਡਿੰਗ ਜਾਰ ਵਿੱਚ ਪਾਓ ਮੱਕੀ ਦੇ ਆਟੇ ਵਿੱਚ ਪਾ ਕੇ फटाफट ਰੋਟੀ ਬਣਾ ਲਓ ਇਸ ਰੋਟੀ ਨਾਲ ਤੁਹਾਨੂੰ ਕਿਸੇ ਸਬਜ਼ੀ ਦੀ ਵੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਇਸ ਮੱਕੀ ਦੀ ਰੋਟੀ ਨੂੰ ਸਿੰਪਲ ਦਹੀਂ ਜਾਂ ਮੱਖਣ ਜਾਂ ਚਾਹ ਨਾਲ ਸਰਵ ਕਰ ਸਕਦੇ ਇਸੇ ਤਰੀਕੇ ਨਾਲ ਮੈਂ ਬਾਕੀ ਵੀ ਮੱਕੀ ਦੀਆਂ ਰੋਟੀਆਂ ਬਣਾ ਲੈਣੀਆਂ ਨੇ ਹੁਣ ਮੈਂ ਮੱਕੀ ਦੀ ਰੋਟੀ ਨੂੰ ਮੱਖਣ ਤੇ ਚਟਨੀ ਤੇ ਚਾਹ ਨਾਲ ਸਰਵ ਕਰੂੰਗੀ ਫਰੈਂਡਸ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਬਹੁਤ ਪਸੰਦ ਆਏ ਤੁਸੀਂ ਮੇਰੀ ਇਸ ਵੀਡੀਓ ਨੂੰ ਫੈਮਲੀ ਫਰੈਂਡਸ 'ਤੇ ਸ਼ੇਅਰ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ